ਸਾਡੇ ਪੰਜਾਬੀ ਚੈਨਲ ਇਨਫਾਈਨਾਈਟ ਨੌਲੇਜ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਚੈਨਲ ਬਹੁਤ ਸਾਰੀ ਜਾਣਕਾਰੀ ਦੇਵੇਗਾ, ਅਤੇ ਜਿਨ੍ਹਾਂ ਮੇਰੇ ਵੀਰਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ। ਆਓ ਆਪਾਂ ਜਾਣਕਾਰੀ ਲਈਏ। ਸਾਡੀਆਂ ਦਾ ਇੱਕ ਚੌਥਾਈ ਹਿੱਸਾ ਸਾਡੇ ਪੈਰਾਂ 'ਚ ਹੁੰਦਾ ਹੈ, ਮਤਲਬ ਇੱਕ ਪੈਰ 'ਚ 26 ਹੱਡੀਆਂ ਹੁੰਦੀਆਂ ਹਨ ਅਤੇ 206 'ਚੋਂ 52 ਹੱਡੀਆਂ ਇਕੱਲੇ ਪੈਰਾਂ 'ਚ ਹੁੰਦੀਆਂ ਹਨ। ਮਨੁੱਖ ਦਾ ਜਿਗਰ ਲੀਵਰ 500 ਕਾਰਜ ਕਰਦਾ ਹੈ। ਮੱਖੀ ਦੇ 4 ਪਰ ਹੁੰਦੇ ਹਨ। ਹਮਿੰਗ ਬਰਡ ਹੀ ਇਕੱਲੇ ਐਸੇ ਪ੍ਰਾਣੀ ਹਨ ਜੋ ਪਿੱਛੇ ਨੂੰ ਵੀ ਉੱਡ ਸਕਦੇ ਹਨ। ਬਿੱਲੀ ਜਿੰਨੀ ਲੰਮੀ ਹੁੰਦੀ ਹੈ ਉਸ ਤੋਂ 5 ਗੁਣਾ ਜ਼ਿਆਦਾ ਉੱਚੀ ਛਾਲ ਮਾਰ ਸਕਦੀ ਹੈ। ਉਹਨਾਂ ਦੇ ਮੁਕਾਬਲੇ ਔਰਤਾਂ ਦੀ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਹੈ। ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇੱਕ ਪਲਾਸਟਿਕ ਦਾ ਡੱਬਾ ਮਿੱਟੀ ਵਿੱਚ 50,000 ਸਾਲ ਤੱਕ ਆਪਣੇ ਆਪ ਨੂੰ ਗਲਣ ਤੋਂ ਬਚਾਉਂਦਾ ਰਹਿੰਦਾ ਹੈ। 0 ਦੀ ਖੋਜ ਭਾਰਤ ਵਿੱਚ ਹੋਈ ਸੀ ਅਤੇ ਇਹ ਆਰਿਆਭੱਟ ਨਾਮ ਦੇ ਵਿਅਕਤੀ ਨੇ ਕੀਤੀ ਸੀ। ਸਿਰਫ਼ ਹਾਥੀ ਹੀ ਅਜਿਹਾ ਜਾਨਵਰ ਹੈ ਜਿਸ ਦੇ 4 ਗੋਡੇ ਹੁੰਦੇ ਹਨ ਅਤੇ ਸਿਰਫ ਇਹੀ ਇੱਕ ਅਜਿਹਾ ਜਾਨਵਰ ਹੈ ਜੋ ਛਾਲ ਨਹੀਂ ਮਾਰ ਸਕਦਾ। ਕੰਗਾਰੂ ਨਾਮ ਦਾ ਜਾਨਵਰ ਆਪਣੀ ਛਾਲ ਵਿੱਚ 30 ਫੁੱਟ ਤੋਂ ਜ਼ਿਆਦਾ ਫਾਸਲਾ ਤੈਅ ਕਰ ਸਕਦਾ ਹੈ।